ਇਹ ਡੋਮੇਨ ਕਿਹਦਾ ਇਹ ਫੇਲੀਅਰ ਹੈ ਅਮਿਤ ਸ਼ਾਹ ਦਾ ਜੇ ਅੱਜ ਭਾਰਤ ਦੀ ਸਰਹੱਦ ਤੇ ਡਰੋਨ ਆ ਰਹੇ ਇਟ ਇਜ਼ ਅ ਫੇਲੀਅਰ ਆਫ ਅਮਿਤ ਸ਼ਾਹ ਉਹਦੇ ਪੰਜਾਬ ਪੁਲਿਸ ਦੇ BSF ਲਾਈਏ 50 ਕਿਲੋਮੀਟਰ ਤੱਕ ਤਾਂ ਸਾਡੇ ਕੋਲ ਏਰੀਆ ਲੈ ਲਿਆ ਸੀ ਅਗਰ ਡਰੱਗਸ ਆ ਰਹੇ ਅਗਰ ਇਹ ਕਿੱਥੋਂ ਆਇਆ ਇਹ ਪੰਜਾਬ ਤਾਂ ਨਹੀਂ ਬਣਿਆ ਗ੍ਰਨੇਡ ਇਹ ਜਿਹੜਾ ਫੇਲੀਅਰ ਹੈ ਅਮਿਤ ਸ਼ਾਹ ਦਾ ਫੇਲੀਅਰ ਹੈ ਤੇ ਮੈਂ ਹੋਰ ਦੱਸ ਦਿੰਦਾ ਤੁਹਾਨੂੰ JP ਨੱਡਾ ਜੀ ਆਏ ਮੈਨੂੰ ਪਤਾ ਵੱਡੇ ਵੱਡੇ ਬਿਆਨ ਦੇ ਕੇ 2024 ਦੇ ਦਿਨ ਮੈਂ ਇਹ ਬਿਆਨ ਦਿੰਦਾ ਜੀ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਹਨੇਰੀ ਹੈ ਜਿਹੜੀ ਇਸ ਰਾਜਨੀਤਿਕ ਕੋਸ ਦੀ ਹਨੇਰੀ ਹੈ ਉਹ ਪੂਰੇ ਦੇਸ਼ ਚੱਲ ਰਹੀ ਹੈ ਜੇ ਉਹਨਾਂ ਤੋਂ ਸੰਭਦੀ ਹੈ ਸਾਂਭ ਲੈ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿੱਚ ਡਰੋਨ ਦੇ ਜ਼ਰੀਏ ਹਥਿਆਰ ਅਤੇ ਨਸ਼ਾ ਆਉਣ ਦੇ ਲਈ BSF ਦੀ ਅਸਫਲਤਾ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ। ਉਹ ਲੁਧਿਆਣਾ ਦੇ ਨੌਕਰ ਸਥਿਤ ਮਹਾਨ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੇ ਜਨਮ ਸਥਾਨ 'ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜੇ ਸਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦੇ ਚਲਦਿਆਂ ਹਰਿਆਣੇ ਵਿੱਚ ਅੱਤਵਾਦੀਆਂ ਦੀ ਗ੍ਰਿਫਤਾਰੀ ਹੋਈ ਸੀ ਜਦਕਿ ਡਰੋਨ ਦੇ ਜ਼ਰੀਏ ਆਉਣ ਵਾਲੇ ਨਸ਼ੇ ਅਤੇ ਹਥਿਆਰਾਂ ਦੇ ਲਈ ਉਹ BSF ਨੂੰ ਅਸਫਲ ਦੱਸਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰਨ ਤੌਰ 'ਤੇ ਜ਼ਿੰਮੇਵਾਰ ਹਨ ਕਿਉਂਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਅੱਜ ਸਾਡੇ ਦੇਸ਼ ਦੇ ਮਹਾਨ ਸੂਰ ਮਹਾਨ ਸ਼ਹੀਦ ਸਦਾ ਹੀ ਅਮਰ ਰਹਿਣ ਵਾਲੇ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਵਸ ਹੈ। ਸ਼ਹੀਦ ਸੁਖਦੇਵ ਹੁਣੇ ਜਿਹੜੇ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਸੋਚ ਦੇ ਲਈ ਬਹੁਤ ਵੱਡੀ ਭੂਮਿਕਾ ਨਿਭਾਈ ਤੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਸਾਥੀ ਜਦੋਂ ਉਹਨਾਂ ਦਾ ਸਾਥ ਬਣਿਆ ਤਾਂ ਇੱਦਾਂ ਦੀ ਦੋਸਤੀ ਜਿਸ ਦੀ ਦੁਨੀਆਂ ਦੇ ਉੱਤੇ ਕੋਈ ਮਿਸਾਲ ਨਹੀਂ ਤੇ ਜਿਹੜੀ ਦੋਸਤੀ ਫਾਂਸੀ ਦੇ ਫੰਦੇ ਤੇ ਜਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਜਿਹਨੂੰ ਕਹਿੰਦੇ ਸਰਵਸ਼੍ਰੇਸ਼ਟ ਕੁਰਬਾਨੀ ਆਪਣੀ ਜੀਵਨ ਦੀ ਦਿੱਤੀ ਇਹ ਸਾਡੇ ਸ਼ਹਿਰ ਦੇ ਲਈ ਲੁਧਿਆਣੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਸਾਡੇ ਸ਼ਹਿਰ ਉਹਨਾਂ ਦਾ ਜਨਮ ਹੋਇਆ ਸੀ ਤੇ ਮੈਨੂੰ ਬੜੀ ਸੰਤੁਸ਼ਟੀ ਹੈ ਕਿ ਜੋ ਸੁਪਨੇ ਜੋ ਸੋਚ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੀ ਸ਼ਹੀਦ ਸੁਖਦੇਵ ਦੀ ਸ਼ਹੀਦ ਰਾਜਗੁਰੂ ਦੀ ਸਾਡੇ ਬਾਕੀ ਸ਼ਹੀਦਾਂ ਦੀ ਜੋ ਸੋਚ ਸੀ ਜੋ ਸੁਪਨੇ ਲੈ ਕੇ ਚੱਲੇ ਸੀ ਅੱਜ ਉਸ ਸੋਚ ਅਤੇ ਉਸ ਸੁਪਨਿਆਂ ਵਾਲੀ ਸਰਕਾਰ ਪੰਜਾਬ ਨੂੰ ਮਿਲੀ ਹੈ। ਮੈਂ ਬਤੌਰ ਪੰਜਾਬ ਸਰਕਾਰ ਦੇ ਮੰਤਰੀ ਹੋਣ ਦੇ ਨਾਤੇ ਦਾਅਵੇ ਨਾਲ ਗਰੰਟੀ ਨਾਲ ਪਰਸਨਲ ਗਰੰਟੀ ਨਾਲ ਕਹਿ ਸਕਦਾ ਕਿ ਹੁਣ ਤੱਕ ਦਾ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਅਤੇ 5 ਸਾਲ ਹੈ ਜੀ ਤੁਸੀਂ ਦੇਖਿਓ ਇਹ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਅਤੇ ਸਭ ਤੋਂ ਕਾਮਯਾਬ ਸਰਕਾਰ ਹੋਊਗੀ ਅਤੇ ਜਿਵੇਂ ਅਸੀਂ ਅੱਜ ਆਏ ਹਾਂ ਅਗਲੇ ਸਾਲ ਜਦੋਂ ਆਵਾਂਗੇ ਅੱਜ ਅਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਅਗਲੇ ਸਾਲ ਅਸੀਂ ਆਪਣੇ ਕੰਮਾਂ ਦੇ ਫੁੱਲ ਭੇਟ ਕਰਾਂਗੇ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੇ ਉੱਤੇ ਕੰਮ ਉਹ ਜੋ ਉਹਨਾਂ ਦੇ ਸੁਪਨੇ ਸੀ ਕੀ ਸੁਪਨੇ ਸੀ ਸੋਸ਼ਲਿਸਟ ਵਰਡ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਵਿੱਚ ਸੋਸ਼ਲਿਸਟ ਜਿਹੜਾ ਵਰਡ ਹੈ ਉਹ ਸ਼ਹੀਦ ਸੁਖਦੇਵ ਜੀ ਨੇ ਐਡ ਕਰਾਇਆ ਉਹ ਚਾਹੁੰਦੇ ਸੀ ਕਿ ਗਰੀਬਾਂ ਤੱਕ ਪਹੁੰਚ ਹੋਵੇ ਹਰ ਬੰਦੇ ਨੂੰ ਤਾਕਤ ਮਿਲੇ ਅਤੇ ਇਹ ਤਾਕਤ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਕਦੀ ਹੈ ਦਿੱਲੀ 'ਚ ਦੇ ਕੇ ਦਿਖਾਇਆ ਹੁਣ ਪੰਜਾਬ ਦੇ ਕੇ ਦਿਖਾਇਆ ਅਤੇ ਬਹੁਤ ਵੱਡੇ ਫੈਸਲੇ ਪਿਛਲੇ 2 ਜਿਹੜਾ 1.5 ਮਹੀਨੇ 'ਚ ਹੋਏ ਆ ਅਤੇ ਆਉਣ ਵਾਲੇ ਸਮੇਂ 'ਚ ਵੀ ਹੁੰਦੇ ਰਹਿਣਗੇ ਆਪਾਂ ਕਿਸਾਨੀ 'ਚ ਦੇਖਿਆ ਅੱਜ ਰਿਕਾਰਡ ਮੂੰਗੀ ਦੀ ਜਿਹੜੀ ਹੈ ਫਸਲ ਕਿਸਾਨ ਪੈਦਾ ਕਰ ਰਿਹਾ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ 26,000 ਨੌਕਰੀਆਂ ਜਿਹੜੇ ਮੁਲਾਜ਼ਮ ਕੱਚੇ ਸੀ ਉਹਨਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਐਂਟੀ ਕਰਪਸ਼ਨ ਹੈਲਪਲਾਈਨ ਮੈਂ ਆਮ ਲੋਕਾਂ ਨੂੰ ਪੁੱਛਦਾ ਰਹਿੰਦਾ ਉਹ ਕਹਿੰਦੇ ਜੀ ਬਿਲਕੁਲ ਦਫ਼ਤਰਾਂ ਦੇ ਵਿੱਚ ਜਿੱਥੇ ਧੱਕੇ ਪੈਂਦੇ ਸੀ ਉੱਥੇ ਹੁਣ ਅਫਸਰ ਪੈਸੇ ਲੈਣ ਤੋਂ ਡਰਦੇ ਆ ਕੰਮ ਹੁੰਦੇ ਆ ਤਹਿਸੀਲਾਂ 'ਚ ਕਚਹਿਰੀਆਂ ਦੇ ਵਿੱਚ ਇਹ ਬਦਲਾਵ ਆ ਇਹ ਬਦਲਾਵ ਹੈ ਅਤੇ ਅਸੀਂ ਇਸਦੇ ਉੱਤੇ ਲੱਗੇ ਹੋਏ ਹਾਂ ਮੇਰੇ ਕੋਲ ਜਿਹੜੇ ਮਹਿਕਮੇ ਆ ਮੈਂ ਆਪਣੇ ਦੱਸ ਸਕਦਾ ਮਾਈਨਿੰਗ ਦੇ ਉੱਤੇ ਅਸੀਂ ਬਹੁਤ ਜਲਦੀ ਇੱਦਾਂ ਦਾ ਲੈ ਕੇ ਆ ਰਹੇ ਹਾਂ ਬੜੇ ਦਾਅਵੇ ਨਾਲ ਤੁਹਾਨੂੰ ਕਹਿ ਸਕਦਾ ਕਿ ਬਿਲਕੁਲ ਸਾਫ਼ ਸੁਥਰਾ ਕਰ ਦਾਂਗੇ ਅਗਰ ਸਭ ਤੋਂ ਕੋਈ ਭ੍ਰਿਸ਼ਟ ਮਹਿਕਮਾ ਸੀਗਾ ਜਿਹਦੇ ਵਿੱਚ ਟੋਟਲੀ ਸਾਰਾ ਕੁਛ ਇਲੀਗਲ ਚੱਲਦਾ ਸੀ ਉਹ ਮਾਈਨਿੰਗ ਸੀ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਮੇਰੀ ਜ਼ਿੰਮੇਦਾਰੀ ਹੈ 95% ਮਾਈਨਿੰਗ ਲੀਗਲ ਹੋ ਰਹੀ ਹੈ ਕਿਤੇ ਕੋਈ ਹਨੇਰੇ ਸਵੇਰੇ ਕੋਈ ਟਰਾਲੀ ਕੱਢ ਲਵੇ ਉਹ ਅਸੀਂ ਜਦੋਂ ਸਾਨੂੰ ਰਿਪੋਰਟ ਮਿਲਦੀ ਹੈ ਪੁਲਿਸ ਅਤੇ ਮਾਈਨਿੰਗ ਦੇ ਫੌਜੀ ਉੱਥੇ ਕਾਰਵਾਈ ਕਰਦੇ ਆ ਰੇਤੇ ਦੇ ਰੇਟ ਵੀ ਆਉਣ ਵਾਲੇ ਦਿਨਾਂ 'ਚ ਘਟਣਗੇ ਅਤੇ ਇੰਨਾ ਵਧੀਆ ਅਸੀਂ ਪੋਲਿਸੀ ਲੈ ਕੇ ਆਉਣਗੇ ਐਨ ਪਾਰਦਰਸ਼ੀ ਕਿ ਲੋਕਾਂ ਨੂੰ ਰੇਤਾ ਸਹੀ ਕੀਮਤ 'ਤੇ ਮਿਲੇ ਸਹੀ ਟੈਕਨੀਕ ਨਾਲ ਮਿਲੇ ਇੰਨੀ ਐਡਵਾਂਸ ਪੋਲਿਸੀ 'ਤੇ ਕਿਸੇ ਕੋਈ ਪੋਲੀਟੀਸ਼ੀਅਨ ਕੋਈ ਮਾਫੀਆ ਕੋਈ ਅਫਸਰਸ਼ਾਹੀ ਕਿਸੇ ਦਾ ਕੁਛ ਨਹੀਂ ਜੋ ਖਜ਼ਾਨਾ ਆਊਗਾ ਉਹ ਖਜ਼ਾਨਾ ਪੰਜਾਬ ਸਰਕਾਰ ਦੇ ਵਿੱਚ ਜਾਊਗਾ ਸਹੀ ਕੀਮਤ 'ਤੇ ਰੇਤਾ ਵੀ ਮਿਲੂਗਾ ਅਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ ਜੇਲ੍ਹਾਂ ਦੇ ਉੱਤੇ ਮੈਂ ਗੱਲ ਦੱਸ ਦਿੰਦਾ ਜੇਲ੍ਹਾਂ ਦਾ ਮਹਿਕਮਾ ਮੇਰੇ ਕੋਲ ਹੈ ਜੀ ਤੁਸੀਂ ਅੱਜ ਤੱਕ ਦੀ ਰਿਕਾਰਡ ਰਿਕਵਰੀ ਹੋ ਰਹੀ ਹੈ ਜਿੰਨੀ ਅੱਜ ਤੱਕ ਕਦੀ ਪਿਛਲੇ 10 ਸਾਲਾਂ 'ਚ ਨਹੀਂ ਹੋਈ ਨਹੀਂ ਹਰ ਰੋਜ਼ ਜੇਲ੍ਹਾਂ 'ਚ ਚੈਕਿੰਗ ਹੋ ਰਹੀ ਹੈ ਇੰਫਰਾਸਟ੍ਰਕਚਰ ਇੰਨੇ ਮਾੜੇ ਕਰ ਦਿੱਤੇ ਪਿਛਲੀ ਸਰਕਾਰਾਂ ਨੇ ਜੇਲ੍ਹਾਂ ਦੀ ਨਾਲ ਦੀਆਂ ਜ਼ਮੀਨਾਂ ਨੂੰ ਵੇਚ ਦਿੱਤਾ ਬਾਹਰੋਂ ਥਰੋ ਆਉਂਦੇ ਆ ਸਿੱਧੇ ਬੈਰਕਾਂ 'ਚ ਮੋਬਾਈਲ ਜਾਂਦੇ ਆ ਅਸੀਂ ਦਿਨ ਰਾਤ ਮਿਹਨਤ ਕਰਕੇ ਰਿਕਾਰਡ ਰਿਕਵਰੀ ਹੋਈ ਹੈ
हूँ तक तकरीबन 750 मोबाइल साढ़े सात सौ मोबाइल करता है जी। जेलों के जेड़े हाई सिक्योरिटी सैल्स है उन्होंने जैम करने की तैयारी की जा रही है। हाई सिक्योरिटी सैल्स के किसी तरीके फोन नहीं चल सकूगा। मैं जिवें पहले दिन ही कहा सीगा कि हुण जेलों तो फोन नहीं, हुण जेलों तो सुकून आया करूँगा। ऑलरेडी काम चल रहा वो भी होम मिनिस्ट्री वालों कई मंजूरियां चाहिए होंगे, असं दिन रात लगे हुए हैं। तीजी गल वी आई पी जिहड़ा सीगा महलों अर्गे बैरकां सीगियां जी, महलों अर्गियां तां उह जेल नहीं हुंदी सी, जिहनूं मैं तां कहिंदा फार्म हाउस हुंदे सी। उह फार्म हाउस बंद कर दित्ते गए है, उह फार्म हाउसां नूं जिहड़े है उह एडमिनिस्ट्रेटिव सैल बना दित्ता गया। जेल दे विच जिहड़ा बंदा जांदा मैनूं कहिंदे जी अच्छा जी आह कैदी है, कोई क्लासीफिकेशन ऑफ कैदी नहीं, कैदी इज़ अ कैदी, इनमेट इज़ अ इनमेट। हाँ उन्होंने सहूलत है अगर वो कोई वो जान को थ्रेट है वो सिक्योरिटी की जिम्मेदारी साड़ी है, अगर वो बीमार है पेशेंट है वो इलाज की जिम्मेदारी साड़ी है, पर इनमेट इज़ अ इनमेट। सुरक्षा जो ड्रोन आंदे फिर पंजाब सरकार की जिम्मेदारी है, किसकी जिम्मेदारी है, क्यों नहीं करते? जिदा फेलियर ऑफ बीएसएफ ड्रोन आ रहे, पंजाब सरकार पंजाब पुलिस बेचारे दिन रात मेहनत कर रहे हैं जी। जिहड़े हरियाणे दे विच रिकवरी हुई है इट वॉज ऑन द इंटेल ऑफ पंजाब पुलिस, एक अटैक होया चार दिनों के भी साड़ी पुलिस के सारे अफसरों ने उन्होंने किया, पंजाब पुलिस ने रिकॉर्ड गैंगस्टरों को फड़िया गया, रिकॉर्ड जिहड़ा है पंजाब पुलिस दिन रात काम चल रही है। पर जिहड़ा ड्रोन है इट इज़ अ मैटर ऑफ इंटरनेशनल, ये पता होगा ये डोमेन किहदा है, ये फेलियर है अमित शाह का। जे अज भारत की सरहद से ड्रोन आ रहे इट इज़ अ फेलियर ऑफ अमित शाह, उसके पंजाब पुलिस बी एस एफ लाई है 50 किलोमीटर तक तो साढ़े को एरिया ले लिया से। अगर ड्रग्स आ रहे हैं, अगर ये कितों आया, ये पंजाब का नहीं बनया ग्रनेड, ये जिहड़ा फेलियर है अमित शाह का फेलियर है। तो मैं होर दस दिया सूँ जे पी नड्डा जी आए, मैंने पता बड़े बड़े बयान दे के 2024 च देना, मैं ये बयान दिंदा जी आम आदमी पार्टी तो अरविंद केजरीवाल की जिहड़ी नेरी है, जिहड़ी इस राजनीतिक सोच की नेरी है वो पूरे देश चल रही है। जे उन्होंने तो संभदी है सामभ लै, हिमाचल प्रदेश गुजरात हरियाणा जम्मू इतने चुकले, मैं भी संगठन का कई पास जिम्मेदारी है, जम्मू का इंचार्ज है, लोग बेसबरी नाल उडीक कर रहे आम आदमी। मैं थानू दस्या जी, मैं थानू दस्या कि जो भी आंदे है, मैं इत्थे मैं सुरक्षा की है, मैं थानू दस रहा जी, उहदे वी असीं मेजरमेंट्स कर रहे हैं। वो पिछली सरकारां नाल जेलां दी जिहड़ी नाल लगदी जमीनां ने, ये तो एक जो जेल बनती है उदों देखना पैना ना। हुण लुधियाणे दी बैरकां दी किदां दी बैरकां किसे ते बैरकां च सो जांदा, असी उहदे लई वी बहुत तैयारी कर रहे हैं, असी आर्टिफिशियल इंटैलीजेंस कैमराज लगवा रहे हैं। मैं 6 महीने उत्थे भी लगी है जी, अज भी ताई रिकॉर्ड रिकवरी हो रही है, जिवें अज थानू मैं दिखांदा जी आह देखो इदां दे पैकेट आंदे आ सर। जदों पंजाब पुलिस डीसी साहब जदों भेजदे आ अपनी सर्च टीम नूं तो उदों इक्को मोबाइल मिलदा है, जदों जेल वाले करदे आ उदों इहनां नूं दर्जना मोबाइल मिलदे आ, इहदा मतलब जेल वाले अंदर इहनां दी मिली भगत हैगी है ना फिर सर। This is आ देखो इदां दे पैकेट आंदे आ अज असीं रिकवर कीते। देखो मेरी जिम्मेदारी ये है, मैं थोड़े तो 6 महीने का समा लिया, 1.5 महीना बीत चुका, विद इन 6 मंथ सारी जेलों नूं असीं सैनिटाइज कर देंगे, जिवें मर्जी चाहे थ्रो रोकीए, बहुत वड्डे लेवल ते असीं अफसर सस्पेंड भी कीते। टूरिज्म ते कल्चर महकमा भी मेरे को जी लुधियाने दे विच बहुत साडियां, जिवें कि आपां जिस महान पवित्र स्थान ते बैठे हैं इस स्थान का काम भी चल रहा जी, आर्कियोलॉजिकल डिपार्टमेंट ते कल्चर डिपार्टमेंट 30 जून तक ये पूरा हो जाऊगा। इस तों अलावा लुधियाने शहर के क्योंकि मेरा भी संबंध है, मैं इत्थे रहा, मेरा जन्म इत्थे है, तो साहिब लुधियानवी जी का घर उन्हों का भी असं रिकॉ कर रहे हैं कि उन्होंने भी दोबारा करा जाए। अमलताज होटल हों जो ऐसिस हों अज खंडर बने पे है पिछले सरकार नलायकियां करके, उन्होंने भी असं रिवाइव करा तो टूरिज्म के नक्शे उत्ते लुधियाने लैके। देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म के उत्ते उपलब्ध है।
फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरों के लिए फॉलो करो डेली अजीत ते इंस्टाग्राम के उत्ते खबरों के नाल नाल वीडियो देखने दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसी एप्पल टीवी दे उत्ते भी वेख सकते हो ते नाल ही अजीत अखबार दा डिजिटल एडिशन पढ़ने लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।